ਇੱਥੇ ਸੀ ਭਗਤ ਸਿੰਘ ਦਾ ਅਤੇ ਇਹ ਜਿਹੜਾ ਸੀ ਨਾ ਜਿਉਣ ਸਿੰਘ ਉਹਨਾਂ ਦਾ ਚਾਚਾ ਸੀ ਉੱਥੇ ਤਾਂ ਮੇਰਾ ਖਿਆਲ ਹੈ ਅੰਮ੍ਰਿਤਧਾਰੀ ਜੀ ਜਿਉਣ ਸਿੰਘ ਸੀ ਸਾਡੀ ਸੰਭਾਲ ਤੋਂ ਅਗਦੀ ਬੁੱਢਾ ਹੋ ਗਿਆ। ਉਹਨੂੰ ਜਿਉਣ ਦੇ ਨੂੰ ਚੁੱਕਿਆ ਸੀ ਕੜੀ ਵਾਲੀਆਂ ਉਹ ਕਿਉਂ ਦੁਸ਼ਮਣੀ 'ਚ। ਅੱਛਾ ਉਹਦੀ ਦੁਸ਼ਮਣੀ ਸੀ, ਦੁਸ਼ਮਣੀ ਇਹਦੀ ਸੀ ਭਗਤੂ ਦੀ ਅਤੇ ਤਜਰਬਾ ਸਾਥੋਂ ਉਹਨੂੰ ਫਿਰ ਚੁੱਕ ਕੇ ਨਾ ਤੇ ਤਰੇ ਘੋੜੀਆਂ ਹਨ ਤੇ ਛੇ ਬੰਦੇ ਬੁਚਕਾ ਉਹਦਾ ਬੰਨ ਕੇ ਨਾ ਜਿਉਂਦੇ ਦਾ ਹੀ ਤੇ ਅੱਗੇ ਤਰ ਲਿਆ ਪਰ ਕਿਤੇ ਲੱਦ ਕੇ ਤੇ ਇੱਧਰ ਨੂੰ ਲੈ ਗਿਆ। ਜਿਸ ਵੇਲੇ ਮਲਕਾਂ ਦੀ ਜ਼ਮੀਨ ਵਿੱਚ ਗਾਇਆ ਨਾ ਜੰਡਾਲੇ ਵਾਲਿਆਂ ਦੀ ਕਿਹੜੇ ਪਿੰਡੋਂ ਆਏ ਤੁਸੀਂ ਪਹਿਲਾਂ? ਕੀ ਨਾਮ ਤੁਹਾਡਾ? ਮੇਰਾ ਨਾਮ ਸਤਿਗੁਰੂ ਸਿੰਘ। ਤੁਹਾਡੇ ਦਾਦਾ ਜੀ ਦਾ ਨਾਂ ਕੀ? ਬਹਾਦਰ ਸਿੰਘ ਰਾਜੀ। ਤੇ ਪੜਦਾਦੇ ਦਾ? ਤੇਰਾ ਸਾਡਾ ਪਿਓ ਸੀ ਉਹਦੇ ਨਾਂ ਸੀ ਮਾਨ ਸਿੰਘ। ਅੱਛਾ। ਮਾਨ ਸਿੰਘ ਦਾ ਪਿਓ ਸੀ ਕੋ ਬਹਾਦਰ ਸਿੰਘ। ਅੱਛਾ। ਕਦੋਂ ਆਏ ਫਿਰ ਤੁਸੀਂ? 1947 ਚ। ਅੱਛਾ। ਕਿਵੇਂ ਆਏ, ਟ੍ਰੇਨ ਚ ਕੇ? ਆਏ ਤੇ ਟ੍ਰੇਨ ਚ, ਬੜੇ ਔਖੇ ਆਏ। ਬੜੇ ਔਖੇ ਆਏ। ਅੱਛਾ। ਆਏ ਤੇ ਟ੍ਰੇਨ ਚ। ਕਿੰਨੇ ਕੁ ਜੀ ਸਨ ਇਕੱਠੇ ਕਾਫਲਾ? ਕਾਫਲਾ ਅਸੀਂ ਤੇ 6-7 ਬੈਠੇ ਪਤਾ ਲੱਗਾ। ਇਹ ਸਾਡੀ ਮਾਂ ਤੇ ਮਾਮਾ ਸਾਡਾ ਤੇ ਆਪਣੀ ਜਾਨੀ ਸਾਰੇ ਖਸਤੇ ਆ ਗਏ ਸੀ। ਫਿਰ ਇਕੱਠੇ ਹੋਏ ਆ। ਫਿਰ ਇਕੱਠੇ ਹੋਏ ਹੋ? ਫਿਰ ਇਕੱਠੇ ਹੋਏ। ਤੇ ਪੁਰਾਣੇ ਬੇਲੀ ਯਾਦ ਨਹੀਂ ਆਉਂਦੇ? ਯਾਦ ਨਹੀਂ, ਯਾਦ ਦੱਸਿਆ ਹੁਣ ਮੁੱਦਲ ਦੇਖ ਕੇ ਉਹਨੂੰ। ਹਾਂ, ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਮ ਹੈ, ਇੱਕ ਦੇ ਦੋ ਭਰਾ ਸਨ ਰਾਹੀ, ਇੱਕ ਦੇ ਨਾਂ ਸੀ ਇਸਮਾਇਲ, ਇੱਕ ਦੇ ਨਾਂ ਸੀ ਅੱਲਾ ਰੱਖਾ। ਅੱਛਾ। ਤੇ ਇਹ ਨਹੀਂ ਪਤਾ ਦਾ ਨਾਂ ਸੀ ਉਹਦੇ ਨਾਂ ਸੀ ਕਾਦਰ। ਤੇ ਦੂਜੇ ਹੋਰ ਸਨ ਉਹਦੇ ਨਾਂ ਦੇ ਜਿੱਦਾਂ ਵੱਡੇ ਨਾਲ ਬਣਦੇ ਹੀ ਨਾ, ਤੇ ਛੋਟੇ ਦੇ ਨਾਂ ਜੱਲਾ ਤੇ ਉਹਨਾਂ ਦੇ ਪਿਓ ਦੇ ਨਾਂ ਬਾਲੀ ਸੀ। ਤੇ ਫਿਰ ਇੱਕ ਹੋਰ ਸੀ ਚੂੜਾ ਕੱਥੂ, ਨੰਬਰਦਾਰ ਸੀ ਉਹ ਸਾਈਆਂ ਚੋਂ। ਹੋਰ ਸਾਡੇ ਗੁਆਂਢ ਸਨ ਸ਼ੇਖ, ਇੱਕ ਦੇ ਨਾਂ ਹੈਦਰ ਸੀ, ਉਹਦੇ ਭਤੀਜੇ ਦੇ ਨਾਂ ਸ਼ਰੀਫ ਸੀ। ਬੂਟਾ ਤੇਲੀ, ਉਹਦੇ ਪਿਓ ਦੇ ਨਾਂ ਸੀ ਮੰਦੂ, ਤੇ ਫਿਰ ਨਾਲ ਉਹਦਾ ਭਰਾ ਸੀ ਮੰਦੂ ਦਾ ਛੋਟਾ ਮੰਗੂ, ਉਹਦੇ ਤਿੰਨ ਮੁੰਡੇ ਵੱਡੇ ਨਾਲ ਕਸੀਟੂ, ਛੋਟੇ ਨਾਲ ਸੈਜੂ, ਉਹਦੇ ਫੈਜੂ। ਸਾਰਿਆਂ ਨੂੰ ਜਾਣਦੇ ਸੀ ਅਸੀਂ ਜਿਹੜੇ ਇਕੱਠੇ ਰਹੇ ਸਨ। ਯਾਦ ਆਉਂਦੀ ਹੈ ਕਦੇ ਕਦੇ? ਯਾਦ ਆਉਂਦੀ ਹੈ। ਹਾਂ, ਮੈਂ ਆਪਣਾ ਇਸ ਪਿੰਡ ਇਹਨਾਂ ਨੂੰ ਜਾਣਨਾ, ਖਰੈਦੀ ਰਾਮ ਖਰੈਦੀ ਰਾਮ। ਸਿੱਖ ਦੋਵੇਂ ਪਿਓ ਪੁੱਤਰ ਇੱਕ ਮਾਰਿਆ ਉੱਥੇ ਪਹਿਲਾਂ ਫੱਦਰੂ ਕੋਲ, ਛਾਪੇ ਕੋਲ, ਰੇਤ ਬੜੀ ਸੀ ਅੱਜ ਸੜਕ 'ਤੇ। ਦੂਜਾ ਆ ਕੇ ਉਹ ਪੱਠੇ ਵੱਢਦੇ ਹਨ, ਮੁੰਡਾ ਇੱਕ ਬੜਾ ਜਵਾਨ ਸੀ ਉਹਦਾ, ਅਤੇ ਉਹਨਾਂ ਆਖਿਆ ਇਹਨੇ ਭੱਜ ਜਾਣਾ ਅਤੇ 5-7 ਘੋੜੀਆਂ ਇਹਨਾਂ ਕੋਲ, ਉਹਨਾਂ ਲਾਲਾ ਲਾਲਾ ਕੀਤੀ, ਉਹ ਕੁੱਤਾ ਹਲਕਾ ਕੁੱਤਾ ਹਲਕਾ ਵਾ ਭੱਜ ਨਾ ਜਾ, ਉਹ ਵੀ ਵੇਖਣ ਲੱਗ ਪਿਆ ਉਹਨੂੰ ਕਿਹੜਾ ਮਾਰਿਆ ਉਹਨੂੰ ਮੁੰਡਾ ਇੱਥੇ ਮਾਰਿਆ। ਭਗਤ ਸਿੰਘ ਨੇ ਮਾਰੇ ਸੀ? ਭਗਤ ਤੂੰ ਨੇ ਮਾਰੇ। ਕਿੰਗੜੇ ਜੱਟਾਂ ਦੇ ਵਿੱਚ ਕਿਹੜੇ ਕਿਹੜੇ ਨਾਂ ਸਨ ਮਸ਼ਹੂਰ ਜਿਹੜੇ ਇੱਥੇ ਮਸ਼ਹੂਰ ਰਹੇ? ਬਾਦਲ ਸਿੰਘ ਅਤੇ ਜਿਹੜੇ ਸਨ ਨਾ ਇਹ ਉਹਨਾਂ ਦੇ ਪਿਛਲੇ ਪਾਸੇ ਸਨ ਸਾਰੇ ਇਹਨਾਂ ਭਗਤੂ ਵਾਲਾ। ਅੱਛਾ। ਅਤੇ ਜਿਹੜਾ ਬਹਾਦਰ ਸਿੰਘ ਰਾਗੀ ਸੀ? ਰਾਗੀ ਤੇ ਜਿਹੜਾ ਸੀ ਨਾ ਉਹ ਹੈ ਰਾਗੀ ਤੇ ਹੈ ਮਸ਼ਹੂਰ ਸੀ ਆਦਮੀ। ਅੱਛਾ। ਹਾਂਜੀ। ਕਾਹਦੇ ਵਿੱਚ ਮਸ਼ਹੂਰ ਸੀ ਜ਼ਿਆਦਾ? ਇਹਦੇ ਵਿੱਚ ਰਾਗ ਗਾਉਂਦਾ ਸੀ ਤੇ ਮਸੀਤ ਦਾ ਵੀ ਝਗੜਾ ਹੋਇਆ ਸੀ ਤੇ ਉਹਨੇ ਫਿਰ ਕੀਤਾ ਸੀ, ਇੱਕ ਕਸੀਟਾ ਸਿੰਘ ਲੰਗਾ ਸੀ ਇਹਨੂੰ ਪੁੱਛੋ।
ਗੁੜ ਲਿਆਂਦਾ ਤੇ ਉਸ ਦੋ ਮੁੰਡੇ ਬਣਾ ਦਿੱਤੇ ਗੁੜ ਦੇ ਉਸ ਆਖਿਆ ਲਾਏ ਦੋਵੇਂ ਖਾਲੀ ਤੇ ਦੋ ਪੁੱਤਰ ਲਾਉਣ ਦੇ ਤੇ ਇੱਥੇ ਮੋਢੇ ਤੇ ਦਾਗ ਹੋਵੇਗਾ ਤੇ ਸਮਝੀ ਕਿ ਇਨਸ਼ਾ ਨੇ ਦਿੱਤੇ ਨੇ ਅੱਛਾ ਜੇ ਨਾ ਹੋਇਆ ਤੇ ਫਿਰ ਸਮਝੀ ਉਨੀ ਹੋ ਉਹਨਾਂ ਦੇ ਨਾਂ ਮੁਸਲਮਾਨ ਨੇ ਰੱਖਣੇ ਨੇ ਮੇਨ ਪਿੰਡ ਦੀ ਸੜਕ ਜਾ ਰਹੀ ਹੈ ਜੀ ਮਦਾਰ ਪਿੰਡ ਦੇ ਵਿੱਚ ਮਦਾਰ ਪਿੰਡ ਦੇ ਗਲੀਆਂ ਘਰ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ ਬਜ਼ੁਰਗੋ ਵਾਲੇਕੁਮ ਸਲਾਮ ਬਜ਼ੁਰਗੋ ਕੀ ਨਾਮ ਹੈ ਆਪਣਾ ਨੂਰ ਮੁਹੰਮਦ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਅਮੀਰਦੀਨ ਅਮੀਰਦੀਨ ਕਿਹੜੀ ਕੌਮ ਹੈ ਆਪਣੀ ਕੌਮ ਕਮਿਆਰ ਕਮਿਆਰ ਕਿਹੜੇ ਪਿੰਡ ਬੈਠੇ ਹੋ ਮਦਾਰ ਮਦਾਰ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਜੰਡਾਲਾ ਸ਼ੇਰ ਖਾਂ ਦਾ ਹਾਂਜੀ ਸੰਥਾ ਡੱਡਾ ਗਰਮੂਲਾ ਗੁਰਦੁਆਰੇ ਤੋਂ ਅੰਦਰ ਅੰਦਰ ਸੀ ਕਿੰਨੇ ਗੁਰਦੁਆਰੇ ਸੀ ਇਸ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸੀ ਵੱਡਾ ਸਿੱਖਾਂ ਦਾ ਇੱਕ ਗੁਰਦੁਆਰਾ ਸੀ ਨਾਮ ਧਾਰੀਆਂ ਦਾ ਆ ਜਿਹੜਾ ਅੱਜ ਇੱਥੇ ਬੋਰਡ ਹੈ ਅੱਛਾ ਦੋ ਗੁਰਦੁਆਰੇ ਸੀ ਦੋ ਇੱਕ ਧਰਮਸ਼ਾਲਾ ਸੀ ਉਹ ਕੱਛਾਂ ਪਾਉਂਦੇ ਸਨ ਨਾਮ ਧਾਰਜੇ ਸਨ ਉਹ ਨਹੀਂ ਸਨ ਖਾਂਦੇ ਨਾ ਹਲਾਲ ਤੇ ਨਾ ਹਰਾਮ ਮੁਰਗਾ ਦੇ ਹਿੱਸੀ ਕੋ ਨਾ ਉਹ ਮਾਸ ਨਹੀਂ ਸਨ ਖਾਂਦੇ ਤੇ ਜਿਹੜੇ ਉਹ ਸਨ ਉਹ ਖਾਂਦੇ ਸਨ ਥਿਲੀ ਮਰੋੜ ਕੇ ਜਾਂ ਕਿਰਪਾਨ ਮਾਰ ਕੇ ਝਟਕਾ ਕਰਕੇ ਤੁਸੀਂ ਐਸੇ ਪਿੰਡ ਦੇ ਸ਼ੁਰੂ ਤੋਂ ਜੰਮਣ ਸਾਡੇ ਪਿਓ ਦਾਦੇ ਦੀ ਜੰਮਣ ਪੋਏ ਅੱਛਾ ਇੱਥੇ ਦੀ ਸਹੀ ਹੋ ਗਿਆ ਇੱਥੇ ਦੱਸੋ ਸਿੱਖਾਂ ਦੇ ਕਿੰਨੇ ਕੁ ਘਰ ਸੀ ਇਸ ਪਿੰਡ ਦੇ ਵਿੱਚ ਇਸ ਘਰ ਵਿੱਚ ਇੱਕ ਪੱਤੀ ਸੀ ਕੰਘਰਿਆਂ ਦੀ ਹਾਂਜੀ ਇੱਕ ਪੱਤੀ ਸੀ ਪਿੰਡ ਤੇ ਸੀ ਸਹੀ ਪੁੱਛੇ ਤੇ ਵਰਕਾਇਦ ਦਾ ਕਿਹਦਾ ਸੀ ਵਿਲਕ ਵਰਕਾਇਦ ਟੱਪਾ ਵਿਲਕਾਂ ਦਾ ਤੇ ਫਿਰ ਆ ਕੇ ਨਾ ਜਿਵੇਂ ਫਿਰ ਅਗਾਂ ਗੋਤਾ ਲਾਦੀਆਂ ਗਈਆਂ ਹਾਂਜੀ ਤੇ ਤੁਗਲ ਤੇ ਆ ਜਿਹੜੇ ਮਾਨ ਸਿੰਘ ਅਲੀ ਨੇ ਨਾ ਇਹ ਸਨ ਮੈਨੂੰ ਚਾਰ ਨੰਬਰਦਾਰ ਜੋ ਸਨ ਕਿੰਨੇ ਨੰਬਰਦਾਰ ਸਨ ਚਾਰ ਪੱਤੀਆਂ ਪਿੰਡ ਸੀ ਚਾਰ ਪੱਤੀਆਂ ਪਿੰਡ ਸੀ ਹਾਂਜੀ ਇੱਕ ਕੰਗਰਿਆਂ ਦੀ ਇੱਕ ਤੁਗਲਾਂ ਦੀ ਇੱਕ ਵਿਲਕਾਂ ਦੀ ਸਹੀ ਰਹਿ ਗਈ ਫਿਰ ਜਦੋਂ ਗੋਤਾਂ ਲੜ ਗਈਆਂ ਕਿੰਗਰੇ ਜੱਟ ਵੀ ਹੈ ਸਨ ਕਿੰਗਰੇ ਕੰਗਰੇ ਜਾਤ ਦੇ ਸਨ ਅਸੀਂ ਕੰਗਰੇ ਆਉਂਦੇ ਹਨ ਕਿੰਗਰੇ ਨਹੀਂ ਸਨ ਆਉਂਦੇ ਕੰਗਰੇ ਆਉਂਦੇ ਹੈ ਹੀ ਕੰਗਰੇ ਲੰਬੜਦਾਰਾਂ ਦੇ ਨਾਂ ਦੱਸੋ ਲੰਬੜਦਾਰ ਸੀ ਪਾਲਾ ਸਿੰਘ ਕਿਹੜੀ ਜਾਤ ਦਾ ਸੀ ਉਹ ਸੀ ਵਿਲਕਾਂ ਦਾ ਲਾਭ ਸਿੰਘ ਦਾ ਪੁੱਤਰ ਤਰੀਆ ਪਤਰੀਆ ਲਾਭ ਸਿੰਘ ਦਾ ਨੰਬਰ ਲਾਭ ਸਿੰਘ ਅੱਛਾ ਤੇ ਦੂਸਰਾ ਕਿੰਨਾ ਦਾ ਸੀ ਹਾਂਜੀ ਦੂਸਰਾ ਜਿਹੜਾ ਸੀ ਇੱਕ ਨੰਬਰਦਾਰ ਸੀ ਉਹਨਾਂ ਦਾ ਕੰਗਰਿਆਂ ਦਾ ਉਹਦਾ ਮੈਨੂੰ ਨਹੀਂ ਉਹਦਾ ਨਾਂ ਨਹੀਂ ਪਤਾ ਉਹਦਾ ਸੀ ਫਿਰ ਜਿਉਣ ਸਿੰਘ ਸੀ ਤੇ ਉਹ ਸਾਡੇ ਸਮਾਜ ਤੋਂ ਨਾ ਜਰਾ ਥੋੜਾ ਜਿਹਾ ਅੱਗੇ ਸੀ ਅੱਛਾ ਅਸੀਂ ਉਦੋਂ ਛੋਟੇ ਸਨ ਏਦਾਂ ਸੀ ਲੰਬਰਦਾਰ ਵੱਡਾ ਲੰਬਰਦਾਰ ਇਹ ਸਨ ਲੰਬਰਦਾਰ ਲਾਭ ਸਿੰਘ ਤੇ
ਪਾਲਾ ਸਿੰਘ ਕੀ ਕਹਿੰਦਾ ਸਹੀ ਹੋ ਗਿਆ। ਉਹਨਾਂ ਦਾ ਤੇ ਇੱਕੋ ਹੀ ਸੀ ਨਾ ਤੇ ਕੰਗਲਿਆਂ ਚ ਪਤਾ ਨਹੀਂ ਕਿਹੜਾ ਸੀ ਲੰਬਰਦਾਰ। ਅੱਛਾ ਤੇ ਜ਼ਮੀਨ ਸਭ ਨਾਲੋਂ ਜ਼ਿਆਦਾ ਕਿਹਦੀ ਸੀ ਇਹਨਾਂ ਵਿੱਚੋਂ? ਜ਼ਮੀਨ ਸਹੀ ਤੇ ਜਿਹੜਾ ਪਿੰਡ ਸੀ ਨਾ ਇਹ ਸੀ ਲਾਭ ਸਿੰਘ ਦਾ। ਅੱਛਾ ਲਾਭ ਸਿੰਘ ਦਾ। ਆ ਜਿੰਨੇ ਸਨ ਨਾ ਬੰਨੇ ਆ ਥਾਂ ਲੋਕਾਂ ਦਿੱਤੇ ਉਹ ਲਾਭ ਸਿੰਘ ਨੇ ਲੰਬਰ ਨੇ ਦਿੱਤੇ ਸਨ। ਸਹੀ। ਜਿਹਦਾ ਥਾਂ ਇੱਥੇ ਸੌੜਾ ਹੋ ਗਿਆ ਨਾ ਤੋ ਸੌ ਜਿਲ੍ਹਾ ਅੰਦਰ ਹੁੰਦੇ ਸਨ ਯਾਦ ਕੇ ਜਿਲ੍ਹਾ ਉਹਨਾਂ ਨੂੰ ਇਹ ਜਾਣਦੇ ਹੁੰਦੇ ਉਹ ਅੰਦਰ ਸਨ ਉਹਨਾਂ ਦੇ ਥਾਂ ਸੌੜੇ ਹੋ ਗਏ ਉੱਥੇ ਦਿੱਤੇ। ਸਾਈ ਸੀ ਸੱਤਵੀਆਂ ਘਰ ਸਾਡੇ ਪਿੰਡ ਸੱਤਵੀਆਂ ਘਰ ਸਾਰਿਆਂ ਨਾਲ ਵੱਡੀ ਬਲਾਦਰੀ ਸਾਈਆਂ ਦੀ ਸੀ ਇੱਥੇ ਤੇ ਉਹਨਾਂ ਨੂੰ ਫਿਰ ਜਿਸਲੇ ਅੱਜ ਇੱਥੇ ਪਿੰਡ ਸ਼ੇਖ ਦੀ ਹੱਟੀ ਹੈ ਨਾ ਇੱਥੋਂ ਤੀਕਰ ਜਿਸਲੇ ਉਹ ਸੌੜੇ ਹੋ ਗਏ ਫਿਰ ਉਹਨਾਂ ਨੂੰ ਉਹ ਲਾਭ ਸਿੰਘ ਨੇ ਚਾਰ ਪੈਲੀਆਂ ਦਿੱਤੀਆਂ ਜਿੱਥੇ ਹੁਣ ਠੱਡੀ ਬਣੀ ਹੈ ਉਹ ਅਜੇ ਕਿਸੇ ਦੇ ਖਾਤੇ 'ਚ ਨਹੀਂ ਸੀ ਚੜੀ ਉਹੀ ਦਿੱਤੇ ਹਨ ਜਿਵੇਂ ਅੱਗੇ ਲੋਕ ਬਣਦੇ ਸਨ ਪਿੰਡਾਂ 'ਚ ਬੰਦਿਆਂ ਨੂੰ। ਅੱਛਾ ਹਾਂਜੀ ਤੇ ਸਹੀ ਹੋ ਗਿਆ। ਤੇ ਮੁਸਲਮਾਨਾਂ ਦੇ ਕਿੰਨੇ ਘਰ ਸਨ? ਮੁਸਲਮਾਨ ਸਨ ਕਮਿਆਰ ਤੇ ਮੈਲ ਅਲਾਈ ਤੇ ਤੇਲੀ ਹਾਂਜੀ ਤੇ ਸ਼ੇਖ ਸਨ ਬਾਬੇ ਮੰਗੂ ਕੇ ਉਹ ਜਿਹੜੇ ਸ਼ੇਖ ਸਨ ਬਾਬੇ ਇੱਧਰ ਕੇ ਪਿੱਛੋਂ ਲਾਲੇਪੁਰੋਂ ਆਏ ਸਨ ਤੇ ਆਏ ਉਂਝ ਸਿੱਖਾਂ ਦੇ ਵੇਲੇ ਦੇ। ਅੱਛਾ ਸਹੀ ਹੋ ਗਿਆ। ਹਾਂ ਤੇ ਸਕੂਲ ਹੈ ਸੀ ਉਸ ਵੇਲੇ ਤੁਹਾਡੇ ਪਿੰਡ? ਹਾਂਜੀ ਸਕੂਲ ਸਕੂਲ ਕੋਲੇ ਸੀ। ਕਿੱਥੇ ਪੜ੍ਹਨ ਜਾਂਦੇ ਸੀ ਬੱਚੇ? ਜੰਡਿਆਲੇ। ਜੰਡਿਆਲੇ ਜਾਂਦੇ ਸੀ ਜੀ। ਸਹੀ ਹੋ ਗਿਆ। ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? ਸਕੂਲ ਇੱਥੇ ਸਾਡੇ ਪਿੰਡ ਉਹ ਕੱਚਾ ਮੈਨੂੰ ਚੇਤਾ ਆ ਗਿਆ ਨਵੀਂ ਉੱਥੇ ਪੜ੍ਹਨੇ ਪਿਆ ਰਿਹਾ ਉਹ ਕਬਰ ਕਬਰਾਂ ਕੋਲ ਕੱਚਾ ਸਕੂਲ ਸੀ। ਕੱਚਾ ਉਦੋਂ ਹਾਈ ਸਾਰੀ ਕੱਚਾ ਸੀ ਇੱਥੇ ਇੱਟੀ ਕੋ ਨਹੀਂ ਸੀ ਪੱਕੀ ਦੇ ਘਰ ਵੀ ਕੱਚੇ ਸਨ ਸਿੱਖਾਂ ਘਰ ਵੀ ਕੱਚੇ ਸਿੱਖਾਂ ਦੇ ਵੀ ਕੱਚੇ ਸਿਰਫ ਗੁਰਦੁਆਰਾ ਪੱਕਾ ਸੀ ਸਾਡੀ ਮਸਜਿਦ ਦੀ ਆਹ ਮਰਾਬ ਸੀ ਵਿੱਚ ਗੁਰਦੁਆਰੇ ਦੇ ਜਦੋਂ ਇੱਕ ਭਾਈ ਆਇਆ ਉਹ ਆ ਕੇ ਜਦੋਂ ਸਾਡੀ ਜਾਨ ਆਉਣੀ ਨਾ ਉਹ ਸ਼ਨਕ ਤੂਤੂ ਜਿਹਾ ਵਜਾਉਣਾ ਸ਼ੁਰੂ ਕਰ ਦਿੱਤਾ। ਲੰਬਰ ਲਾਭ ਸਿੰਘ ਨੂੰ ਪਤਾ ਲੱਗਾ ਉਸ ਭਾਈ ਨੂੰ ਆਖਿਆ ਵੀ ਜੇ ਰਹਿਣਾ ਹੀ ਤਾਂ ਲਓ ਉਹ ਜਿਵੇਂ ਅਸੀਂ ਮੌਲਵੀ ਨਹੀਂ ਰੱਖੇ ਉਹਨਾਂ ਨੇ ਰੱਖਿਆ ਹੁੰਦਾ ਉਹਨਾਂ ਆਖਿਆ ਨਹੀਂ ਤਾਂ ਇੱਥੋਂ ਨਾ ਅਤੇ ਤਰੋ ਲਿਆ ਅਤੇ ਜੇ ਨਹੀਂ ਤਾਂ ਇੱਕ ਘੰਟਾ ਇਹਨਾਂ ਦੀ ਵਾਂਗ ਤੋਂ ਦੋ ਮਗਰੋਂ ਵਜਾਉਣੇ ਅਤੇ ਜਾਗ ਦੀ ਵਜਾਉਣੇ। ਅੱਛਾ ਖਬਰਦਾਰ ਜੀ ਇਹਨਾਂ ਦੀ ਅਜ਼ਾਨ ਟਾਈਮ ਨਹੀਂ ਤੂੰ ਐਪ। ਹਾਂਜੀ ਉਹ ਜਦੋਂ ਬਾਂਗ ਦੇਣੀ ਉਦੋਂ ਸੋਨੇ ਉਹ ਚੁਰੜ ਚੁਰੜ ਕਰਨ ਲੱਗ ਪੈਣ। ਅੱਛਾ 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 ਹਾਂ ਇੰਨਾ ਸੀ ਚੰਗਾ ਤਗੜਾ ਬੰਦਾ ਸੀ ਲਾਭ ਸਿੰਘ ਬੜਾ ਅਸਲੀ ਬੰਨ ਨਹੀਂ ਪਿੰਡ ਦਾ ਉਹ ਸੀ ਅਤੇ ਮੀਆਂ ਬਸ਼ੀਰ ਮੀਆਂ ਫੇਜ ਸੀ ਉਸ ਜਦੋਂ ਪਰੇ ਜਾਣਾ ਭਾਵੇਂ ਸਾਰਾ ਪਿੰਡ ਜੁੜਿਆ ਮੀਆਂ ਆਇਆ। ਮੀਆਂ ਕੌਣ ਸੀ? ਮੀਆਂ ਮੁਸਲਮਾਨ। ਅੱਛਾ ਰਾਈਆਂ ਦਾ ਸੀ? ਨਹੀਂ ਇਹ ਹੈਸਾਨ ਤੇ ਮਿਸਤਰੀ ਉਹਨਾਂ ਨੂੰ ਯਾਰ ਨਹੀਂ ਸੀ ਉਹਨਾਂ ਕੀਤਾ ਤੇ ਉਹਨਾਂ ਜਦੋਂ ਉਹਨਾਂ ਨਾਲ ਮੀਆਂ ਦਾ ਪਰੇ ਸੌ ਛੇ ਵੀਆਂ ਬੰਦਾ ਜੁੜਿਆ ਉਦੋਂ ਪਰਿਆ ਹੁੰਦੀਆਂ ਹਨ ਜੇ ਕੋਈ ਝਗੜਾ ਚਾਂਝਾ ਹੁੰਦਾ ਸੀ ਤੇ ਉਸ ਆਜਾ ਨੇ ਆਖਣਾ ਜੀ ਮੀਆਂ ਜਦ ਆ ਗਿਆ ਮੀਆਂ ਦੀ ਜਿਹੜੀ ਗੱਲ ਬਈ ਕੀ ਹੋਇਆ ਜੀ ਆ ਠੀਕ ਮੀਆਂ ਜੀ ਉਹਨਾਂ ਜੇ ਆਖਿਆ ਠੀਕ ਤੇ ਜੇ ਉਹਨਾਂ ਆਖਿਆ ਗਲਤ ਤੇ ਗਲਤ ਮੰਨਦਾ ਸੀ ਉਹਦੀ ਸਿੱਖ ਸਾਰੇ ਮੰਨਦੇ ਸਾਰਾ ਪਿੰਡ ਹੋ ਗਿਆ। ਛੋਟਾ ਜਿਹਾ ਸੀ ਜਾਂਦਾ ਸੀ। ਅੱਛਾ ਆਹ ਸਾਡੇ ਨਾਲ ਨਹੀਂ ਆ ਜਿਹੜੇ ਪਟਾਣਾ ਵਾਲੇ ਘਰ ਸੀ ਇਹਨਾਂ ਦਾ ਨਾਲੇ ਤੁਹਾਡਾ ਗੁਆਂਢੀ ਸੀ? ਹਾਂਜੀ ਇਹਦੇ ਵਾਲਦ ਸਾਹਿਬ ਦਾ ਨਾਮ ਪਤਾ? ਇਹਦੇ ਨਾਲ ਵਾਲਦ ਸਾਹਿਬ ਦੇ ਸੀ ਲਾਭ ਸਿੰਘ ਇਹਦੇ ਬਾਪ ਦਾ ਨਾਂ ਲਾਭ ਸਿੰਘ ਦੀ ਚਾਚੇ ਦੇ ਨਾਂ ਸੀ ਕਸੀਟਾ ਸਿੰਘ ਉਹਨੇ ਕੀਤੀਆਂ ਹਨ ਪਿੰਡਰਾਂ ਦੋਵੇਂ ਭੈਣਾਂ ਪਿੰਡਰਾਂ ਸਨ ਇੱਕ ਨਿੱਕੀ ਪਿੰਡਰ ਅਤੇ ਇੱਕ ਵੱਡੀ ਪਿੰਡਰ ਫਿਰ ਜਿਹੜਾ ਸੀ ਕਸੀਟਾ ਸਿੰਘ ਉਹਨੇ ਫਿਰ ਕੀਤੀ ਉੱਥੋਂ ਸਿੱਖ ਮਾਂ ਤੋਂ ਉਹ ਨਿੱਕੀ ਸਿੱਖ ਮਾਂ ਨੂੰ ਸੱਦਦੇ ਸਨ ਸਾਡੀ ਉਹ ਮਾਸੀ ਜੀ ਲੱਗਦੀ ਸੀ ਕਿ ਸਾਡੇ ਵੀ ਨਾਨਕੇ ਉੱਥੇ। ਅੱਛਾ ਤੁਹਾਡੇ ਨਾਨਕੇ ਕਿਹੜੇ ਪਿੰਡ ਸੀ? ਆ ਸੇਖਮ। ਸੇਖਮ ਹਾਂਜੀ ਸਹੀ ਹੋ ਗਿਆ। ਅੱਛਾ ਉੱਥੇ ਉਹਨਾਂ ਨੇ ਕੀਤੀ ਸੀ ਸ਼ਾਦੀ? ਦਬਾਵੇ
ਭਗਤ ਸਿੰਘ ਚੂੜ ਸਿੰਘ ਉਹਨਾਂ ਦਾ ਚਾਚਾ ਸੀ ਜਯੋਨ ਸਿੰਘ ਇੱਕ ਦਾ ਨਾਂ ਉੱਥੇ ਮਿਲਿਆ ਅੱਗੇ ਆਲਾ ਸਿੰਘ ਚਾਚੇ ਦਾ ਪੁੱਤਰ ਸਨ ਆਲਾ ਸਿੰਘ ਸੀ ਉੱਥੇ ਆ ਸੜਕ ਦੇ ਉੱਤੇ ਉਹਨਾਂ ਨਾਂ ਉਹ ਪਹਿਲਾਂ ਜਿਹਨੂੰ ਬੈਠਕ ਵਾਲਾ ਡੇਰਾ ਨੇ ਉੱਥੇ ਸੀ ਭਗਤ ਸਿੰਘ ਦਾ ਅਤੇ ਇਹ ਜਿਹੜਾ ਸੀ ਨਾ ਜਯੋਨ ਸਿੰਘ ਉਹਨਾਂ ਦਾ ਚਾਚਾ ਸੀ ਉਸ ਵੇਲੇ ਮੇਰਾ ਖਿਆਲ ਲੰਬਰਦਾਰ ਜਯੋਨ ਸਿੰਘ ਸੀ ਸਾਡੀ ਸੰਭਾਲ ਤੋਂ ਅਗਦੀ ਬੁੱਢਾ ਹੋ ਗਿਆ ਉਹਨੂੰ ਜਯੋਨ ਦੇ ਨੂੰ ਚੁੱਕਿਆ ਸੀ ਕੜੀ ਵਾਲੀਆਂ ਉਹ ਕਿਉਂ ਦੁਸ਼ਮਣੀ 'ਚ ਅੱਛਾ ਉਹਦੀ ਦੁਸ਼ਮਣੀ ਸੀ ਦੁਸ਼ਮਣੀ ਇਹਦੀ ਸੀ ਭਗਤੂ ਦੀ ਅਤੇ ਪਤਰਜਾ ਸਾਥੋਂ ਉਹਨੂੰ ਫਿਰ ਚੁੱਕ ਕੇ ਨਾ ਤੇ ਤਰੇ ਘੋੜੀਆਂ ਹਨ ਅਤੇ ਛੇ ਬੰਦੇ ਬੁਚਕਾ ਉਹਦਾ ਬੰਨ ਕੇ ਨਾ ਜਿਉਂਦੇ ਦਾ ਹੀ ਅਤੇ ਅੱਗੇ ਤਰ ਲਿਆ ਪਰ ਕਿਤੇ ਲੱਦ ਕੇ ਅਤੇ ਇੱਧਰ ਨੂੰ ਲੈ ਗਿਆ ਜਿਸ ਵੇਲੇ ਮਲਕਾਂ ਦੀ ਜ਼ਮੀਨ ਵਿੱਚ ਗਏ ਨਾ ਜੰਡਾਲੇ ਵਾਲਿਆਂ ਦੀ ਖੋਖਰਾਂ ਦੀ ਅਤੇ ਉਹਦਾ ਅਤੇ ਉਹਨਾਂ ਦਾ ਪੀਰ ਸੀ ਬੜਾ ਉਸ ਵੇਲੇ ਉਸ ਹਿਸਾਬ ਲਾਇਆ ਬੁਚਕੇ ਬੱਧਿਆਂ 'ਚੋਂ ਅੱਗੇ ਤਰਿਆ ਘੋੜੀ ਦੇ ਅਤੇ ਬਾਬਾ ਬੁਚਕੇ ਚ ਬੱਧਾ ਆ ਕੇ ਤੇ ਅੱਗੇ ਘੋੜੀ ਦੇ ਲੱਦਿਆ ਖੁਰਕ ਦੇ ਨਾਲ ਵਗਾਉ ਸਨ ਜਾਂ ਕਿਤੇ ਲਿਜਾ ਕੇ ਤਰਸਾਉਂ ਸਨ ਉਹਨੇ ਥਾਪ ਲਾਇਆ ਬਾ ਮੇਰੇ ਭਰਾਵਾਂ ਦਾ ਰਕਬਾ ਹੈ ਉੱਥੇ ਉਸ ਹਾਹ ਦਾ ਨਾਰਾ ਮਾਰਿਆ ਉਸ ਆਖਿਆ ਮੇਰੇ ਭਰਾ ਦਾ ਕੋਈ ਪੁੱਤਰ ਹੈ ਇੱਥੇ ਤੇ ਮੈਨੂੰ ਦੁਸ਼ਮਣ ਚੁੱਕੀ ਜਾਂਦੇ ਨੇ ਤੇ ਕੋਈ ਹੈ ਤੇ ਮੈਨੂੰ ਮਿਲ ਪਵੋ ਬਾਬੇ ਵਿੱਚੋਂ ਆਵਾਜ਼ ਦਿੱਤੀ ਉੱਥੇ ਜਯੋਨ ਸਿੰਘ ਤੇ ਮਕਬੂਲ ਖੋਖਰ ਸੀ ਉਸ ਵੇਲੇ ਉਹਦਾ ਰਾਖਾ ਮਕਈ ਦਾ ਥਾਨ ਸਨ ਦੋ ਇੱਕ ਚੱਕ ਦਾ ਤੇ ਇੱਕ ਸਾਡੇ ਪਿੰਡ ਦਾ ਵੱਡੇ 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 ਥਾਨ ਸਨ ਉਹ ਪੈਂਦਾ ਸੀ ਮਕਈ ਨੂੰ ਤੇ ਮਕਈ ਦੀ ਰਾਖੀ ਸੀ ਉਹ ਜਿਸ ਵੇਲੇ ਸੁਣਿਆ ਉਸ ਆਖਿਆ ਗੱਲ ਉਸ ਲਲਕਣ ਮਾਰੀ ਹਲਾ ਬਾਅਦ ਜਵਾਨੋਂ ਤਗੜੇ ਹੋ ਲਿਆ ਜੀ ਅਸੀਂ ਆਏ ਜੀ ਉਹ ਰੌਲਾ ਪਾ ਦਿੱਤਾ ਨਾਲ ਹੀ ਮਲਕਾਂ ਦਾ ਡੇਰਾ ਤੇ ਮਲਕਾਂ ਦਾ ਉਸ ਵੇਲੇ ਰੋਹ ਬੜਾ ਸੀ ਰਾਮਦ ਖਾਂ ਦੀ ਚੌਧਰ ਚੱਲਦੀ ਸੀ ਰਾਮਦ ਖਾਂ ਹੈ ਜੰਡਾਲੇ ਸ਼ੇਰ ਖਾਂ ਦੇ ਖੋਖਰ ਜਿਹਨਾਂ ਨੂੰ ਖੋਖਰ ਅਸੀਂ ਜਾਂਦੇ ਹਾਂ ਉਹਦੇ ਚਾਰ ਪੁੱਤਰ ਸਨ ਉਸ ਵੇਲੇ ਉਹਦੇ ਚੱਪੇ ਚੀਕਦੇ ਸਨ ਸਹੀ ਹੋ ਗਿਆ ਕੀ ਜਾਂਦੇ ਉਹ ਫਿਰ ਥੱਠ ਕੇ ਨਾ ਬੁਚਕਾ ਦੋ ਬੰਦੇ ਉਹਨਾਂ ਕਾਬੂ ਕਰ ਲਏ ਹਨ ਮਲਕਾ ਦੂਜੇ ਭੱਜ ਗਏ ਉਹ ਵੱਡੇ ਦੇ ਲਿਜਾ ਕੇ ਉਹਨਾਂ ਅੰਦਰ ਦੇ ਕੇ ਨਾ ਤੇ ਉੱਥੇ ਬਾਲ ਇੱਥੇ ਬੰਦਾ ਕਰ ਲਿਆ ਜਯੋਨ ਸਿੰਘ ਨੂੰ ਉਹਦਾ ਬਾਲ ਸਾਨੂੰ ਇਹਨਾਂ ਨੂੰ ਇਹ ਲੈਣ ਗਏ ਉਹਨਾਂ ਆਖਿਆ ਜੀ ਮਲਕ ਜੀ ਬੰਦੇ ਉਹਨਾਂ ਆਖਿਆ ਬੰਦੇ ਭੱਜ ਗਏ ਨੇ ਉਹਨਾਂ ਆਖਿਆ ਹੋਵੋ ਤੁਸੀਂ ਤੇ ਬੰਦੇ ਭੱਜ ਜਾਣ ਬੰਦੇ ਉਹਨਾਂ ਆਖਿਆ ਨਹੀਂ ਬੰਦੇ ਭੱਜ ਗਏ ਨੇ ਇਹਨੂੰ ਬੁਚਕਾ ਸਾਡੇ ਘੋੜੀਆਂ ਭਜਾ ਬੰਦੇ ਨਹੀਂ ਸਾਨੂੰ ਦਿੱਤੇ ਨਹੀਂ ਦਿੱਤੇ ਨਹੀਂ ਉਹ ਫਿਰ ਲੈਣ ਹੁੰਦਾ ਨਵੀਂ ਦੁਸ਼ਮਣੀ ਨਾ ਪਵੇ ਨਹੀਂ ਦੁਸ਼ਮਣੀ ਦਾ ਉਹਨਾਂ ਨੂੰ ਕੋਈ ਪਾਰ ਤੇ ਇੱਥੇ ਚੌਧਰ ਇਹਨਾਂ ਦੀ ਸੀ ਜੰਡਾਲੇ ਵਾਲਿਆਂ ਫਟਾਣਾ ਤੇ ਖੋਖਰਾਂ ਦੀ ਪਹਿਲੋਂ ਸੀ ਮੀਰ ਖਾਂ ਦੀ ਮੀਰ ਖਾਂ ਮਰ ਗਿਆ ਫਿਰ ਰਾਮਦ ਖਾਂ ਦੀ ਚੌਧਰ ਹੋਈ ਜਦੋਂ ਕੁਕੜੀ ਦਾ ਮੇਲਾ ਹੋਇਆ ਸੁਣਿਆ ਹੋ ਜਾਏਗਾ ਜਗੈਬ ਦੀ ਧਾੜ ਪੈਸੀ ਆ ਰੱਬ ਰੱਖ ਜੰਡਾਲੇ ਨੂੰ ਜਸ ਜਾ ਸਹੀ ਇਸ ਪਿੰਡ ਦਾ ਚੌਧਰੀ ਕਿਹੜਾ ਸੀ ਲਾਭ ਸਿੰਘ ਇਸ ਪਿੰਡ ਦਾ ਚੌਧਰੀ ਅਸਲੀ ਤੇ ਸੀ ਲਾਭ ਸਿੰਘ ਉਦੋਂ ਪਿੱਛੇ ਫਿਰ ਆਪਣੇ ਥਾਂ ਉਹ ਜਿਹੜਾ ਸੀ ਭਗਤ ਸਿੰਘ ਉਹਦਾ ਤੇ ਕੰਮ ਸੀ ਮਾਂਗੀਆਂ ਹੀ ਖਾਣੀਆਂ ਦੋ ਬੰਦੇ ਮਾਰੇ ਉਸ ਉੱਥੇ ਉਹ ਸ਼ਾਹਪੁਰਮ ਦਲਾਂ ਦਾ ਮਾਂਗੀ ਜਾ ਕੇ ਉਹਦੇ ਵਿੱਚ ਫਿਰ ਜਿਹੜਾ ਉਹਦਾ ਭਰਾ ਸੀ ਨਾ ਛੋਟਾ ਚੂੜ ਸਿੰਘ ਉਹ ਫਿਰ ਗਿਆ ਉਹ ਜਾ ਕੇ ਨਾ ਤੇ ਰਜੋਏ ਪੀਰਾਂ ਦੇ ਗਿਆ ਉਦੋਂ ਪਤਾ ਹੀ ਨਹੀਂ ਏਦਾਂ ਰਾਜ ਸੀ
ਉਹਨਾਂ ਕਿਹਾ ਜੀ ਮੇਰਾ ਭਰਾ ਬੜਾ ਜਵਾਨ ਹੈ ਭਗਤ ਸਿੰਘ ਅਤੇ ਉਹਨੂੰ ਫਾਹ ਦਾ ਹੁਕਮ ਪਿਆ ਹੁੰਦਾ ਉਹ ਚੂੜ ਸਿੰਘਰ ਜੋ ਹੈ ਪੀਰਾਂ ਦੇ ਪੜਿਆ ਉਹਦੇ ਆਖਣ ਲੱਗਾ ਪੀਰ ਜੀ ਉਸ ਵੇਲੇ ਮੇਰਾ ਭਰਾ ਭਗਤ ਸਿੰਘ ਬੜਾ ਜਵਾਨ ਹੈ ਅਤੇ ਉਹਨੂੰ ਫਾਹ ਦਾ ਹੁਕਮ ਹੋ ਜਾਣਾ ਹਰ ਤਰੀਕ ਤੇ ਹਾਂਜੀ ਰਜੋਇਆ ਪੀਰਾਂ ਦਾ ਰਜੋਇਆ ਕਿੱਥੇ ਵੇ ਰਜੋਇਆ ਰਜੋਇਆ ਪੀਰਾਂ ਦਾ ਉਸ ਵੇਲੇ ਇੱਥੇ ਪੀਰ ਨੇੜੇ ਇੱਥੇ ਸਾਡੇ ਐਡੀ ਹਸਤੀ ਵਾਲਾ ਕੋਈ ਉੱਥੇ ਫਿਰ ਗਿਆ ਅਤੇ ਉਹਨਾਂ ਪੀਰਾਂ ਦਾ ਮਾਰਿਆ ਉਤਰਲਾ ਉਹਨਾਂ ਆਖਿਆ ਅੱਛਾ ਬਈਆ ਉੱਥਾਂ ਗਏ ਅਸੀਂ ਅੱਜ ਲਾਉਂਦੇ ਨੇ ਉਹ ਜਿੱਦਾਂ ਤਰੀਕ 'ਤੇ ਆਇਆ ਨਾ ਭਗਤ ਸਿੰਘ ਦੀ ਅਤੇ ਉਹਨਾਂ ਆਖਿਆ ਝੂਠ ਸਿੰਘ ਆਇਆ ਅਤੇ ਭਗਤੀ ਜਿਹੀ ਪਰ ਉਹਨਾਂ ਅਸੀਂ ਦੁਆ ਕਰਦੇ ਹਾਂ ਕਿ ਅੱਲਾ ਇਹ ਬਲੀ ਹੋ ਜਾਏਗਾ ਉਹਨਾਂ ਜੱਜ ਨੂੰ ਆਖਿਆ ਵੀ ਜਵਾਨ ਬੜੇ ਸੁਣਾਉਂਦੇ ਨੇ ਪੀਰ ਅਤੇ ਭਗਤ ਸਿੰਘ ਤੇ ਏਡਾ ਕੁਝ ਆਪੇ ਨਾ ਉਹਨੂੰ ਬਲੀ ਕਰਾ ਦਿੱਤਾ ਉਹਨਾਂ ਛੁਡਾ ਦਿੱਤਾ ਹਾਂਜੀ ਹਾਂਜੀ ਫਿਰ ਉਸ ਮਾਰੇ ਇੱਥੇ ਮਿਰਗੇ ਦੋ ਬੰਦੇ ਸਿੱਖ ਦੋਵੇਂ ਪਿਓ ਪੁੱਤਰ ਇੱਕ ਮਾਰਿਆ ਉਹ ਉੱਥੇ ਪਰਾਂ ਫਦਰੂ ਕੋਲ ਛਾਪੇ ਕੋਲ ਰੇਤ ਬੜੀ ਸੀ ਅੱਜ ਛਿੜਕ ਦੇ ਦੂਜਾ ਆ ਕੇ ਉਹ ਪੱਠੇ ਵੱਢਦੇ ਹਨ ਮੁੰਡਾ ਇੱਕ ਬੜਾ ਜਵਾਨ ਸੀ ਉਹਦਾ ਅਤੇ ਉਹਨਾਂ ਆਖਿਆ ਇਹਨੇ ਭੱਜ ਜਾਣਾ ਅਤੇ ਪੰਜ ਸੱਤ ਘੋੜੀਆਂ ਇਹਨਾਂ ਕੋਲ ਉਹਨਾਂ ਲਾਲਾ ਲਾਲਾ ਕੀਤੀ ਉਹ ਕੁੱਤਾ ਹਲਕਾ ਵਾ ਭੱਜ ਨਾ ਜਾ ਉਹ ਵੀ ਵੇਖਣ ਲੱਗ ਪਿਆ ਉਹਨੂੰ ਕਿਹੜਾ ਮਾਰਿਆ ਉਹਨੂੰ ਮੁੰਡਾ ਇੱਥੇ ਮਾਰਿਆ ਤੂੰ ਨੇ ਮਾਰਿਆ ਦੁਸ਼ਮਣੀ ਸੀ ਉਹਦੇ ਨਾਲ ਉਹ ਮੰਗੀ ਤੇਰੇ ਨਾਲ ਦੁਸ਼ਮਣੀ ਤੇਰੀ ਮੇਰੀ ਮੰਗੀ ਦੇ ਨਾਲ ਤੇਰਾ ਸੱਜਣ ਮੈਲਾ ਇੱਥੇ ਫਿਰ ਉਹ ਇਹਨਾਂ ਦੀ ਵਾਈ ਸੀ ਉੱਥੇ ਸਾਡੇ ਆ ਨਹੀਂ ਬਾਬੇ ਗੁੱਲੇ ਗਏ ਗਾਮੇ ਗਏ ਤੇ ਆ ਸਾਈਂ ਦੁੱਲੇ ਗਏ ਉਹਦਾ ਮੁੰਡਾ ਸੀ ਸਾਡਾ ਹੀ ਆ ਨਹੀਂ ਉਹ ਥਿਰੋਂ ਵਾਲ ਵੂਲ ਕੋ ਨਹੀਂ ਸਨ ਉਹਦੇ ਜਿਵੇਂ ਤੁਹਾਡਾ ਬੋਧੇ ਨਾ ਕਸਕਾ ਸੀ ਉਹਦੇ ਬੋਧੇ ਨਹੀਂ ਸਨ ਸਿੱਖ ਭਗਤੂ ਦਾ ਪੁੱਤਰ ਸੀ ਉਹ ਫਿਰ ਇੱਥੇ ਪੈਂਦੇ ਸਨ ਮਿਰਗੇ ਵਾਲੇ ਉਹ ਵੀ ਤਗੜੇ ਸਨ ਉਹ ਪੈ ਜਿਸੇ ਵੇਲੇ ਤੇ ਅਸੀਂ ਸੁੱਤਾ ਤੇ ਬਾਲ ਕੁਝ ਉਹ ਵੇਖ ਭੁੱਕੇ ਨਾ ਟੁਰ ਗਏ ਨਾ ਆਖਿਆ ਬਈ ਇੱਥੇ ਜੀ ਉਹ ਨਹੀਂ ਆਉਂਦੇ ਇੰਨਾ ਕੀ ਹੋਰ ਰੱਖਣਾ ਇੱਥੇ ਨਹੀਂ ਆਉਂਦੇ ਬਾਗ ਤੇ ਸੁੱਤੇ ਇਹ ਉਹ ਜਿਸ ਵੇਲੇ ਟੁਰ ਗਿਆ ਮੈਂ ਉਹਨਾਂ ਆਖਿਆ ਇੰਨਾ ਫੇਰ ਆਉਣਾ ਉਹਨੂੰ ਮੁੰਡੇ ਨੂੰ ਇੰਨਾ ਉਂਗਲ ਲਾਈ ਬਸ ਤੂੰ ਨਿਕਲ ਜਾ ਇੱਥੋਂ ਉਹ ਨਿਕਲ ਗਿਆ ਉਹ ਫਿਰ ਘੰਟਾ ਕੁ ਬੁਲਾ ਕੇ ਨਾ ਮੈਂ ਪੜਦਾ ਕਰ ਗਿਆ ਨੇ ਤੂੰ ਫਿਰ ਆਇਆ ਉਹਨਾਂ ਕਿਹਾ ਇਸ ਤਰ੍ਹਾਂ ਉਹ ਫਿਰ ਫਿਰਦੇ ਲੈ ਮਾਰਦੇ ਲੈ ਉਹ ਫਿਰ ਜਾੜੇ ਪੈ ਗਏ ਉਹ ਜੇਲ੍ਹ 'ਚ ਹੀ ਗਿਆ ਉੱਥੇ ਅੱਛਾ ਉਹ ਜੇਲ੍ਹ 'ਚ ਫੜਿਆ ਗਿਆ ਸੀ ਹਾਂ ਅਤੇ ਅੱਛਾ ਦੱਸੋ ਕਿ ਇੱਥੇ ਖੂਹ ਕਿਹੜੇ ਕਿਹੜੇ ਮਸ਼ਹੂਰ ਸਨ ਜਿਹੜੇ ਵਗਦੇ ਸਨ ਇੱਕ ਤੇ ਇੱਥੇ ਸੀ ਉਹ ਲਾਲ ਸਿੰਘ ਦਾ ਖੂਹ ਪਿੰਡੋਂ ਅੰਜ ਨਿਕਲੇ ਲੰਬਰ ਵਾਲੀ ਉੱਥੋਂ ਇੱਕ ਜਿਹੜੇ ਤੁਗਲ ਸਨ ਉਹ ਚੌਂਕ ਸੀ ਖੂਹ ਇਹਨਾਂ ਦਾ ਨਹੀਂ 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 ਉਹ ਅਗਲੇ ਜਿੱਥੋਂ ਮਿਰਜੇ ਵਾਲੀ ਸੜਕ ਗੋਠੇ 'ਚ ਉਹ ਵੀ ਵਗਦਾ ਵੇਖਿਆ ਕਿੰਗਰਿਆਂ ਦੇ ਖੂਹ ਕਿੱਧਰ ਸਨ ਜ਼ਮੀਨ ਕਿੱਧਰ ਸੀ ਕਿੰਗਰਿਆਂ ਦੀ ਆ ਸੀ ਜ਼ਮੀਨ ਇਹਨਾਂ ਦੀ ਫਿਰ ਕੋਖੋ ਖਾਸ਼ ਬਾਸ਼ ਪੈ ਗਈ ਤੇ ਗੁਰਦੁਆਰੇ ਚ ਇੱਥੇ ਖੱਤਰੀਆਂ ਦੀ ਖੂਹ ਸੀ ਉਹ ਵਿਚਕਾਰ ਪਿੰਡ ਦੇ ਉਹ ਉੱਥੇ ਬਾਹਮਣਾਂ ਦੀ ਖੂਹ ਸੀ ਸਾਡੀ ਇੱਥੇ ਖੂਹ ਸੀ ਰਾਈਆਂ ਦੀ ਉਸ ਮਹੱਲੇ 'ਚ ਖੂਹ ਸੀ ਸਾਈਆਂ ਦਾ ਉੱਥੇ ਖੂਹ ਸੀ ਉਦੋਂ ਖੂਹੀਆਂ 'ਤੇ ਪਾਣੀ ਭਰੀਦਾ ਯਾਰ ਗੱਲਾਂ ਨਾ ਕਰੋ ਮਸਜਿਦ ਦਾ ਅਤੇ ਗੁਰਦੁਆਰੇ ਦਾ ਖੂਹ ਵੱਖਰਾ ਵੱਖਰਾ ਸੀ ਮਸਜਿਦ ਦਾ ਖੂਹ ਵੱਖਰਾ ਸੀ ਇਹਨਾਂ ਦਾ ਗੁਰਦੁਆਰੇ ਦਾ ਵੱਖਰਾ ਸੀ ਅਤੇ ਇੱਕ ਹੀ ਮਸਜਿਦ ਹੁੰਦੀ ਸੀ ਮਰਾਬ ਵਾਲੀ ਉਹਦਾ ਇੱਕੋ ਹੀ ਮਸਜਿਦ ਸਹੀ ਹੋ ਗਿਆ ਅੱਛਾ ਜੀ ਬਜ਼ੁਰਗੋ ਇਹ ਜਿਹੜੇ ਤੁਹਾਨੂੰ ਵੀਡੀਓ ਵਿਖਾਈ ਇੰਡੀਆ ਤੋਂ ਆਈ ਹੈ ਹਾਂ ਕਸ਼ਮੀਰ ਸਿੰਘ ਇਹਨਾਂ ਦੇ ਬਾਰੇ ਦੱਸੋ ਇਹਨਾਂ ਦਾ ਪਰਿਵਾਰ ਕਿੱਥੇ ਰਹਿੰਦਾ ਸੀ ਇਸ ਪਿੰਡ ਦੇ ਵਿੱਚ ਰਹਿੰਦਾ ਕਿੱਥੇ ਦੀ ਹਾਂਜੀ ਟੱਬਰ ਇਹਨਾਂ ਦਾ ਉਹ
ਜਿਹੜੇ ਨਹੀਂ ਆ ਕਸ਼ਮੀਰੀਆਂ ਕੋਲ ਵੱਡੀ ਬਾਡਕ ਉਹ ਮਕਾਨ ਉੱਚਾ ਉਹ ਪੱਕਾ ਸੀ ਉਦੋਂ ਅੰਨ ਨਾ ਜਿੱਥੇ ਦਾਦੀ ਸ਼ੇਖ ਦਾ ਨਹੀਂ ਸੀ ਘਰ ਦੇ ਪਾਸੇ ਸੀ ਵਿਚਕਾਰ ਪਿੰਡ ਦੇ ਬਾਬਾ ਜੀ ਮੈਂ ਤੁਹਾਨੂੰ ਦੱਸਣਾ ਪਾ ਜਿਹੜਾ ਸੀ ਨਾ ਬਾਬਾ ਸਾਡਾ ਇੱਥੇ ਬਾਬਾ ਪਾਲ ਵਾਲਾ ਪਿੰਡ ਦੇ ਵਿੱਚ ਦਰਬਾਰ ਵੀ ਹੈਗਾ ਪਿੱਛੋਂ ਚਾਂਗਾ ਵਾਲੀ ਦਿਨ ਗੁਜਰਾਤ ਦੇ ਬਜ਼ੁਰਗ ਤੇ ਉਹਨੂੰ ਆਰਡਰ ਹੋਇਆ ਸੀ ਕੀਮ ਸ਼ਾਹ ਨੂੰ ਉਹਨਾਂ ਦਾ ਜੰਗੂ ਸ਼ਾਹ ਦੇ ਬਾਲਕੇ ਸਨ ਤੇ ਇੱਥੇ ਇਹਨੂੰ ਪਾੜੇ ਚ ਬੇਰ ਦੇ ਚ ਸੱਡਿਆ ਸੀ ਉਹਨਾਂ ਹਾਂਜੀ ਪਿੱਛੋਂ ਇਹ ਕੋਲੋਂ ਵਾਲੇ ਦੇ ਨੇ ਉਹ ਸਿਰ ਛੱਡਿਆ ਸਿਰ ਛੱਡਿਆ ਉਹਨੂੰ ਆਉਂਦੇ ਬਲਦਾ ਚ ਉਹ ਉੱਥੇ ਨਹੀਂ ਤਰ ਛੱਡਦਾ ਸੀ ਉਹਨੂੰ ਫਿਰ ਇਸ ਕੀਤੀ ਸੀ ਕਾਲਨ ਸੀ ਇਹਦੇ ਘਰ ਬੂਟਾ ਸਿੰਘ ਦੇ ਉਹਦੇ ਘਰ ਲਾਜ ਕੋਲੀ ਸੀ ਇੱਕ ਮਰਬਾ ਸੀ ਪੋਏ ਦਾ ਤੇ ਉਹ ਵੀ ਡੇਰਾ ਸਾਰਾ ਉਹਦਾ ਸੀ ਬੂਟਾ ਸਿੰਘ ਦਾ ਮਾਲਕ ਵੱਡਾ ਸੀ ਤੇ ਉਸ ਆਖਿਆ ਬੀ ਕਿਸੇ ਉਹਨੂੰ ਆਖਿਆ ਬੀ ਤੂੰ ਜੋ ਐਵੇਂ ਵੀ ਦੁਨੀਆ ਤੋਂ ਜਾਣੀ ਏ ਤੇ ਉੱਥੇ ਬਾਬਿਆਂ ਕੋਲ ਹੋ ਜਾ ਉਹ ਫਿਰ ਬਾਬਿਆਂ ਕੋਲ ਆ ਗਈ ਡੋਲਣਾ ਨਹੀਂ ਤੇ ਤੂੰ ਹਾਥੀ ਜੋੜੀ ਜਾ ਗੁੜ ਲਿਆ ਇੰਨਾ ਕੁ ਗੁੜ ਲਿਆਂਦਾ ਤੇ ਉਸ ਦੋ ਮੁੰਡੇ ਬਣਾ ਦਿੱਤੇ ਗੁੜ ਦੇ ਉਸ ਆਖਿਆ ਲਾਏ ਦੋਵੇਂ ਖਾਲੀ ਤੇ ਦੋ ਪੁੱਤਰ ਲਾਉਣ ਦੇ ਤੇ ਇੱਥੇ ਮੋਢੇ ਤੇ ਦਾਗ ਹੋਵੇਗਾ ਤੇ ਸਮਝੀ ਕੀਮ ਸ਼ਾਹ ਨੇ ਦਿੱਤੇ ਨੇ ਜੇ ਨਾ ਹੋਇਆ ਤੇ ਫਿਰ ਸਮਝੀ ਉਨੀ ਹੋ ਉਹਨਾਂ ਦੇ ਨਾਂ ਮੁਸਲਮਾਨੇ ਰੱਖਣੇ ਨੇ ਇੱਕ ਦੇ ਵੱਡੇ ਨਾਂ ਤੇ ਫਕੀਰ ਫਕੀਰ ਤੇ ਨਿੱਕੇ ਦਾ ਮੈਨੂੰ ਨਹੀਂ ਉਹ ਗੋਬਿਆ ਆਉਂਦਾ ਉਹ ਮੈਨੂੰ ਜੀਰ ਨੂੰ ਪਤਾ ਹੋਣਾ ਹਾਂਜੀ ਸਹੀ ਹੋ ਗਿਆ ਤੇ ਉਹਨਾਂ ਦੇ ਨਾ ਬਾਬਾ ਫਤਿਹ ਅਲੀ ਤੇ ਬਾਬਾ ਗੀਮਜਾ ਜਿਹੜੀ ਮੂੰਹ ਚ ਕੱਢਦੇ ਹਨ ਉਹ ਪਾਰ ਹੋ ਜਾਂਦੇ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਜੀ ਜੀ ਮੇਰੇ ਮਲਕਾਂ ਨੇ ਦਾ ਸਾਰਾ ਬਾਲ ਬੱਚਾ ਕੁੱਟ ਕੁੱਟ ਕੇ ਮਾਰ ਛੱਡਿਆ ਆਖਿਆ ਕੀ ਗੱਲ ਆਖਿਆ ਇਸ ਗੱਲ ਤੋਂ ਉਹਨਾਂ ਆਖਿਆ ਇਹਦੇ ਦੀਨੀ ਝਗੜਾ ਹੋ ਗਿਆ ਇਹਨਾਂ ਕੋਈ ਪਤਾ ਨੀ ਪਿੰਡ ਵਾਲਿਆਂ ਮੁਸਲਮਾਨ ਆ ਤਰੀਕ ਚੱਲ ਗਈ ਬੰਦੇ ਨੂੰ ਇਹਨਾਂ ਕੋਈ ਥੋੜਾ ਚਿਰ ਨਗਦੀ ਪਤਾ ਲੱਗ ਫਿਰ ਇਹਨਾਂ ਐਲਾਨ ਕੀਤਾ ਵੀ ਫਿਰ ਇਹਨਾਂ ਬੰਦੇ ਸੱਦੇ ਦੁਆਰ ਥਰਕਾਨ ਛੋਟੇ ਲਿਆ ਲਿਆ ਕੇ ਬਲਮਾ ਬਣਾਈ ਗਏ ਬਣਾਈ ਗਏ ਤੇ ਕੀ ਹੈ ਜੀ ਕੁਕੜੀ ਦਾ ਮੇਲਾ ਕੁਕੜੀ ਦਾ ਮੇਲਾ ਇੱਥੋਂ ਬੰਦਿਆਂ ਜਾਣਾ ਉੱਥੇ ਕਾਂਜ ਹੁੰਦਿਆਂ ਜਾਣਾ ਤੇ ਕੁਕੜੀ ਦਾ ਮੇਲਾ ਮੇਲਾ ਕਰਦੇ ਤੇ ਮੁਸਲਮਾਨ ਬੜੀ ਫਿਰ ਇੱਥੇ ਲੜਾਈ ਜਿਸ ਵੇਲੇ ਇੱਥੋਂ ਵੜੇ ਨਾ ਤਲਾ ਦੇ ਆ ਇਕੱਠੇ ਹੋ ਗਏ ਮੁਸਲਮਾਨ ਨਿਕਲੇ ਪਰ ਉਹਨੂੰ ਆਉਂਦੀ ਆ ਮੁਸਲਮਾਨਾਂ ਲਾਹੌਰ ਮਾਰ ਛੱਡਿਆ ਸੀ ਪਾਣੀ ਪੀਣ ਗਿਆ ਗੱਡੀ ਤੋਂ ਉੱਤਰ ਕੇ ਤੇ ਉਹਨਾਂ ਉਹਦੇ ਬੱਚੇ ਹੀ ਸਨ ਚਾਰ ਮੁੰਡੇ ਨਿੱਕੇ ਨਿੱਕੇ ਉਹ ਹੈ ਨਾ ਇਸ ਟਾਈਮ ਸਾਡੇ ਕੋਲ ਇੱਥੇ ਪਿੰਡ 'ਚ ਜਦੋਂ ਤੁਸੀਂ ਪਾਕਿਸਤਾਨ ਤੋਂ ਆਏ ਤੁਹਾਡਾ ਆਪਣਾ ਘਰ ਛੁੱਟਿਆ ਤੁਹਾਨੂੰ